ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਦੇ ਨਿਊਜ਼ ਤੇ ਮੈਂ ਜੀ ਹਲੀਨ ਸਾਨੀ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਯਾਰ ਅਨਮੋਲੇ ਦੇ ਪ੍ਰੀਮੀਅਰ ਉਤੇ ਐਂਡ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਯਾਨੀ ਕਿ 10 ਸਪਟੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਲੱਗੀ ਹੈ ਇਸ ਫਿਲਮ ਵਿੱਚ ਤੁਹਾਨੂੰ ਦਿਖਾਈ ਦੇਣਗੇ ਸਾਡੇ ਪ੍ਰਭਗਿੱਲ ਜੀ ਜਿਨ੍ਹਾਂ ਨੇ ਡੈਬਿਊ ਕੀਤਾ ਹੈ ਹਰੀਸ਼ ਵਰਮਾ ਤੇ ਨਾਲ ਹੀ ਨਾਲ ਯੁਵਰਾਜ ਹੰਸ ਦੀ ਜੋੜੀ ਹੈ ਉਹ ਕਾਇਮ ਰਹੇਗੀ ਜੇਕਰ ਗੱਲ ਕੀਤੀ ਜਾਏ ਡਾਇਰੈਕਟਰ ਦੀ ਤਾਂ ਡਾਇਰੈਕਟਰ ਹੈ ਜੀ ਹੈਰੀ ਬੱਟੀ ਐਂਡ ਔਸਮ ਫਿਲਮ ਹੈ ਜੀ ਟ੍ਰੇਲਰ ਦੇਖ ਚੁੱਕੀ ਹਾਂ ਮੈਂ ਆਫਕੋਰਸ ਤੇ ਟ੍ਰੇਲਰ ਤਾਂ ਔਸਮ ਹੈ ਫਿਲਮ ਵੀ ਔਸਮ ਹੋਣ ਵਾਲੀ ਹੈ ਇਹ ਹੁਣੇ ਮੈਨੂੰ ਸੁਣਨ 'ਚ ਮਿਲ ਚੁੱਕਾ ਹੈ ਕਿ ਫਿਲਮ 'ਚ ਇੱਕ ਟਵਿਸਟ ਵੀ ਨਜ਼ਰ ਆਏਗਾ ਉਹ ਟਵਿਸਟ ਹੈਗਾ ਜੀ ਇੰਟਰਵਲ ਤੋਂ ਬਾਅਦ ਉਹ ਤਾਂ ਬਾਅਦ 'ਚ ਹੀ ਪਤਾ ਲੱਗੇਗਾ ਫਿਲਹਾਲ ਦੱਸ ਦਈਏ ਕਿ ਯਾਰ ਅਨਮੋਲੇ ਰਿਟਰਨਸ 10 ਸਾਲ ਬਾਅਦ ਆਈ ਹੈ ਅਤੇ 10 ਸਾਲ ਬਾਅਦ ਕਿਉਂ ਆਈ ਹੈ ਕੀ ਖਾਸ ਹੈ ਇਸ ਫਿਲਮ ਦੇ ਵਿੱਚ ਐਂਡ ਪ੍ਰਭਗਿੱਲ ਨੂੰ ਕਿਵੇਂ ਦਾ ਲੱਗਾ ਪਹਿਲੀ ਵਾਰੀ ਇਹ ਫਿਲਮ ਕਰਕੇ ਇਹ ਅੰਦਰ ਜਾ ਕੇ ਪਤਾ ਲੱਗੇਗਾ ਸੋ ਅਸੀਂ ਚੱਲਦੇ ਹਾਂ ਹੁਣ ਅੰਦਰ ਤੁਹਾਡਾ ਟਾਈਮ ਵੇਸਟ ਨਹੀਂ ਕਰਾਵਾਂਗੇ ਅਤੇ ਸਟਾਰਟਰਸ ਦੇ ਨਾਲ ਮਿਲਾਵਾਂਗੇ ਚਲੋ ਸੋ ਇਸ ਵਕਤ ਸਾਡੇ ਨਾਲ ਆਫਟਰ ਲੌਂਗ ਟਾਈਮ ਮੈਂ ਸਰ ਨੂੰ ਮਿਲ ਰਹੀ ਹਾਂ ਸਰ ਵੈਲਕਮ ਟੂ ਲਿਵਿੰਗ ਇੰਡੀਆ ਨਿਊਜ਼ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਐਂਡ ਇੰਟਰਵਲ ਚੱਲ ਰਿਹਾ ਰਾਈਟ ਹਜੇ ਇੰਟਰਵਲ 'ਚ ਹਾਫ ਮੂਵੀ ਹੋਈ ਹੈ ਅਤੇ ਤੁਸੀਂ ਧੋਖਾ ਦੇ ਗਏ ਸ਼ਿਟ ਵਾਈ ਨਹੀਂ ਉਹ ਵਾਏ ਤਾਂ ਇਸ ਤੋਂ ਬਾਅਦ ਦੇਖਿਓ ਵੀ ਵਾਏ ਦਿੱਤਾ ਸੀ ਧੋਖਾ ਅਤੇ ਬਾਕੀ ਤੁਸੀਂ ਦੇਖ ਕੇ ਦੱਸਿਓ ਨਹੀਂ ਆਫਟਰ ਅੱਗੇ ਦੇਖਿਆ ਜਾਵੇ ਕਿ ਚੇਂਜਸ ਆਉਂਦੇ ਰਹਿੰਦੇ ਇੱਕ ਬੰਦਿਆਂ ਦੇ ਵਿੱਚ ਹੈ ਨਾ ਸਿੱਖਦਾ ਹੈ ਸਿੱਖਦਾ ਪਹਿਲਾਂ ਤੁਸੀਂ ਵੀ ਗਾਣੇ ਕੀਤੇ ਕਾਫੀ ਫਿਲਮਾਂ ਕੀਤੀਆਂ ਐਂਡ ਤੁਹਾਡੇ 'ਚ ਜੋ ਚੇਂਜ ਦੇਖਿਆ ਨਾ ਹਰੀਸ਼ ਸਰ ਉਹ ਸ਼ਾਇਦ ਹੀ ਦੋਨਾਂ 'ਚ ਮਤਲਬ ਐਜ਼ ਕੰਪੇਅਰ ਅਗਰ ਗੱਲ ਕੀਤੀ ਜਾਵੇ ਤੁਹਾਨੂੰ ਇੱਦਾਂ ਦਾ ਕੋਈ ਰਿਸਪੋਂਸ ਆਇਆ ਹੋਵੇ ਕਿ ਯੈਸ ਤੁਹਾਡੀ ਜਿਹੜੀ ਪਰਫੋਰਮੈਂਸ ਆ ਉਹ ਬੜੀ ਵਧੀਆ ਨਿਕਲ ਕੇ ਆ ਰਹੀ ਥੈਂਕ ਯੂ ਸੋ ਮਚ ਦੇਖੋ ਇੱਦਾਂ ਹੈ ਜੀ ਕਿ ਇਹ ਕੈਰੈਕਟਰਸ ਦੀ ਗੱਲ ਹੈਗੀ ਹੈ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਜੀ ਮੇਰੇ ਕੋਲ ਜਿੰਨਾ ਮੇਰੀ ਸਮਝ ਸੀਗੀ ਮੈਂ ਉਸ ਹਿਸਾਬ ਨਾਲ ਪਰਫੋਰਮ ਕੀਤਾ ਜੇ ਤੁਹਾਨੂੰ ਐਂ ਲੱਗਦਾ ਹੈ ਕਿ ਵਧੀਆ ਹੈ ਤਾਂ ਫਿਰ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਯਾਰ ਅਨਮੋਲੇ 10 ਸਾਲ ਪਹਿਲੇ ਆਈ ਸੀ 10 ਸਾਲ ਬਾਅਦ ਮੂਵੀ ਨੂੰ ਦੁਬਾਰਾ ਰਿਲੀਜ਼ ਕਰਨਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਨਾ ਇੱਕ ਦੋ ਸਾਲ ਦਾ ਗੈਪ ਚੱਲਦਾ ਬਟ ਇੱਦਾਂ ਦਾ ਕੁਛ ਰਹਿ ਗਿਆ ਸੀ ਪਿਛਲੀ ਫਿਲਮ 'ਚ ਜੋ ਹੁਣ ਫਿਲਮ 'ਚ ਲੈ ਕੇ ਆਇਆ ਨਹੀਂ ਦਰਅਸਲ ਰਹਿ ਨਹੀਂ ਸੀ ਗਿਆ ਜੀ ਉਹ ਫਿਲਮ ਨੂੰ ਬਹੁਤ ਪਿਆਰ ਮਿਲਿਆ ਸੀ ਫਿਰ ਸਾਰੇ ਚਾਹੁੰਦੇ ਸੀ ਕਿ ਅਸੀਂ ਦੁਬਾਰਾ ਇਹਦਾ ਸੀਕੁਅਲ ਬਣਾਈਏ ਇੱਕ ਵਾਰੀ ਹੋਰ ਬਣਾਈਏ ਫਿਲਮ ਬਟ ਉਹ ਸਕ੍ਰਿਪਟ ਨੂੰ ਲੈ ਕੇ ਥੋੜ੍ਹਾ ਜਿਹਾ 19 ਜਿਹਾ ਰਹਿੰਦਾ ਸੀ ਕੰਮ ਅਤੇ ਐਤਕੀ ਸਕ੍ਰਿਪਟ ਸਾਨੂੰ ਸਮਝ ਲੱਗੀ ਸੀ ਵਧੀਆ ਲੱਗੀ ਸੀ ਸੋ ਅਸੀਂ ਸੋਚਿਆ ਕਿ ਚਲੋ ਹੁਣ ਇਸ ਫਿਲਮ 'ਤੇ ਕੰਮ ਕਰਦੇ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਅੱਜ ਅਸੀਂ ਪ੍ਰੀਮੀਅਰ 'ਚ ਆਏ ਹੋਏ ਹਾਂ ਯਾਰ ਅਨਮੋਲੇ ਰਿਟਰਨਸ ਟੂ ਐਂਡ ਕਰੋਨਾ ਤੋਂ ਬਾਅਦ ਤੇ ਆਈ ਥਿੰਕ ਆਈ ਐਮ ਸੋ ਐਕਸਾਈਟਡ ਸਰ ਮੈਂ ਨਾ ਖੜੇ ਨੇ ਐਂਡ ਤੂੰ ਤੁਹਾਡਾ ਵੀ ਵੈਲਕਮ ਤੁਸੀਂ ਵੀ ਜ਼ਰੂਰ ਆਓ ਕੈਮਰਾ ਦੇ ਅੱਗੇ ਆਫਕੋਰਸ ਆਉਣਾ ਚਾਹੀਦਾ ਹਰ ਇੱਕ ਪਰਸਨ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਲਈ ਐਂਡ ਕਿਉਂਕਿ ਇੱਕ ਜੋ ਤੁਸੀਂ ਪਰਸਨ ਤੁਹਾਡੀ ਜਾਨ ਹੈ ਨਾ ਸਿਨੇਮਾ ਸੇ ਇੰਨੇ ਦਿਨਾਂ ਸਾਲਾਂ ਬਾਅਦ ਹੀ ਕਹਿ ਸਕਦੇ ਹਾਂ ਸਿਨੇਮਾ ਵਾਪਸ ਆਇਆ ਅਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੇਖੋ ਬਹੁਤ ਮਤਲਬ ਤੁਹਾਨੂੰ ਪਤਾ ਹੀ ਹੈ ਪੂਰੇ ਹਿੰਦੁਸਤਾਨ ਨੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੇ ਕਾਲ ਦੇ ਵਿੱਚ ਨਾ ਸਿਨੇਮੇ ਬੰਦ ਰਹੇ ਸਿਨੇਮੇ ਇੱਕ ਐਸੀ ਚੀਜ਼ ਹੈ ਕਿ ਇਹ ਨਹੀਂ ਵੀ ਤੁਸੀਂ ਕਹਿਤਾ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ ਤੁਸੀਂ ਜਾ ਕੇ ਤਾਲਾ ਖੋਲ੍ਹਿਆ ਥੋੜ੍ਹੀ ਪੂਜਾ ਕੀਤੀ ਔਰ ਦੁਕਾਨ ਚਾਲੂ ਹੈ ਸ਼ਾਮ ਨੂੰ ਪੈਸੇ ਕਮਾ ਕੇ ਘਰ ਪਰ ਸਿਨੇਮੇ ਕੀ ਨੇ ਕਿ 1.5-2 ਸਾਲ ਇਹ ਖੁੱਲ੍ਹੇ ਹੀ ਨਹੀਂ ਕਿਉਂਕਿ ਸਿਨੇਮੇ ਖੁੱਲ੍ਹਣ ਦਾ ਮਤਲਬ ਕੀ ਹੁੰਦਾ ਕਿ ਲੰਬਾ ਕੰਮ ਹੈ ਇਹ ਇੱਕ ਵਾਰੀ ਖੁੱਲ੍ਹਣਗੇ ਫਿਰ ਲੰਬਾ ਚੱਲੇਗਾ 3-3 ਸ਼ੋਅ ਚੱਲਣੇ ਹੁੰਦੇ ਨੇ ਇਸ ਲਈ ਇਹ ਸਿਨੇਮੇ ਖੁੱਲ੍ਹੇ ਨੇ ਔਰ ਬੜੀ ਮੁਸ਼ਕਲ ਖੁੱਲ੍ਹੇ ਨੇ ਪਰ ਆਡੀਅੰਸ ਦਾ ਰਿਸਪੋਂਸ ਬਹੁਤ ਅੱਛਾ 3-4 ਫਿਲਮਾਂ ਲੱਗੀਆਂ ਅਤੇ ਉਹ 3-4 ਫਿਲਮਾਂ ਨੂੰ ਬਹੁਤ ਅੱਛਾ ਰਿਸਪੋਂਸ ਕਿਹਾ ਸੁਪਰ ਹਿੱਟ ਫਿਲਮਾਂ ਹੋਈਆਂ ਨੇ ਅਤੇ ਮੇਰੀ ਇੱਕ ਫਿਲਮ ਲੱਗੀ ਸੀ 3 ਤਾਰੀਖ ਨੂੰ ਪਿੰਕੀ ਮੋਗੇ ਵਾਲੀ 2 ਅਤੇ ਕੱਲ੍ਹ ਲੱਗ ਰਹੀ ਹੈ ਯਾਰ ਅਨਮੋਲੇ ਰਿਟਰਨ ਅਤੇ ਅੱਜ ਉਹਦਾ ਪ੍ਰੀਮੀਅਰ ਸੀਗਾ ਅਤੇ ਫਿਲਮ ਦੇਖੀ ਬਹੁਤ ਹੀ ਮਜ਼ਾ ਆਇਆ ਇਹ ਨਹੀਂ ਕਿ ਮੈਂ ਫਿਲਮ ਦੇ ਵਿੱਚ ਹਾਂ ਕਹਾਣੀ ਕੀ ਹੈ ਕਿ ਫਿਲਮ ਦੀ ਸਟੋਰੀ ਹੈਰੀ ਪੱਟੀ ਨੇ ਬਹੁਤ ਸੋਹਣੀ ਲਈ ਹੈ ਜਿਵੇਂ ਪਹਿਲਾਂ ਪੁਰਾਣਾ ਮਤਲਬ ਟਾਈਮ 'ਤੇ ਮਹਾਂ ਪੰਜਾਬ ਹੁੰਦਾ ਸੀ ਨਾ ਉਹਦੇ ਵਿੱਚ ਹਿਮਾਚਲ ਹਰਿਆਣਾ ਔਰ ਪੰਜਾਬ ਹੁੰਦਾ ਸੀ ਠੀਕ ਹੈ ਨਹੀਂ ਹੁਣ ਉਹਦੇ 3 ਸਟੇਟਾਂ ਬਣ ਗਈਆਂ ਹਿਮਾਚਲ ਹਰਿਆਣਾ ਔਰ ਪੰਜਾਬ 3 ਸਟੇਟਾਂ ਬਣ ਗਈਆਂ ਅਤੇ ਇਸ ਲਈ ਇਹ ਫਿਲਮ ਦੇ ਵਿੱਚ 3 ਲਵ ਸਟੋਰੀ ਮਿਲੀਆਂ ਦੇਖਣ ਨੂੰ ਜਿਵੇਂ ਮੁੰਡਾ ਪੰਜਾਬ ਦਾ ਹੈ ਔਰ ਕੁੜੀ ਹਿਮਾਚਲ ਦੀ ਹੈ ਮੁੰਡਾ ਪੰਜਾਬ ਦਾ ਕੁੜੀ ਹਰਿਆਣੇ ਦੀ ਹੈ ਉਹ ਜਿਹੜੀ ਕਲਚਰ ਹੈ ਨਾ ਉਹ ਦੇਖਣ ਨੂੰ ਮਿਲੀ ਅਤੇ ਸਟੋਰੀ ਬਹੁਤ ਅੱਛੀ ਲਈ ਹੈਰੀ ਪੱਟੀ ਨੇ ਅਤੇ ਉਹਨੂੰ ਪਿਕਚਰਾਈਜ਼ ਬਹੁਤ ਅੱਛਾ ਕੀਤਾ ਕਿਉਂਕਿ ਫਿਲਮ ਦਾ ਮਿਊਜ਼ਿਕ ਜਿੰਦ ਜਾਨ ਹੈ ਫਿਲਮ ਦੀ ਅਤੇ ਪ੍ਰੋਡਿਊਸਰ ਵੀ ਐਸੇ ਜਿਨ੍ਹਾਂ ਨੇ ਮੇਕਿੰਗ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਦਿਲ ਖੋਲ੍ਹ ਕੇ ਪੈਸਾ ਵੀ ਖਰਚ ਕੀਤਾ ਲੋਕੇਸ਼ਨ ਉਹ ਕੈਨਵਸ ਪੂਰਾ ਦਿਖਦਾ ਅਤੇ ਮੇਰੇ ਹਿਸਾਬ ਨਾਲ ਸੁਪਰ ਹਿੱਟ ਫਿਲਮ ਹੈ ਤੁਸੀਂ ਦੇਖੋਗੇ ਤੁਹਾਨੂੰ ਪੂਰਾ ਇੰਟਰਟੇਨਮੈਂਟ ਮਿਲੇਗਾ ਔਰ
ਤੁਹਾਨੂੰ ਇੰਜ ਲੱਗੇਗਾ ਕਿ ਪੈਸੇ ਵਸੂਲ ਨੇ, ਇਹ ਨਹੀਂ ਹੋਏਗਾ ਨਿਰਾਸ਼ਾ ਕਿ ਹਾਂ ਯਾਰ ਫਿਲਮ ਦੇਖਣ ਗਏ ਸੀ ਅਤੇ ਅਸੀਂ ਫਿਲਮ ਵਧੀਆ ਦੇਖ ਨਹੀਂ ਸਕੇ। ਠੀਕ ਹੈ, ਇਹ ਮੇਰੇ ਦੋਸਤ ਨੇ ਇਹ ਵੀ ਤਾਰੀਫ ਕਰ ਰਹੇ ਸੀ ਕਿ ਫਿਲਮ ਬਹੁਤ ਵਧੀਆ। ਮੈਂ ਕਿਹਾ ਜਿਹੜੀ ਫਿਲਮ ਵਧੀਆ ਹੁੰਦੀ ਹੈ ਉਹ ਵਧੀਆ ਹੀ ਹੁੰਦੀ ਹੈ, ਉਹਨੇ ਚੱਲਣਾ ਹੀ ਹੁੰਦਾ ਹੈ। ਅਤੇ ਬਾਕੀ ਲਿਵਿੰਗ ਇੰਡੀਆ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਤੁਸੀਂ ਜਾ ਕੇ ਸਿਨੇਮੇ 'ਚ ਫਿਲਮ ਦੇਖੋ, ਤੁਹਾਨੂੰ ਬਹੁਤ ਮਜ਼ਾ ਆਏਗਾ। ਨਿਰਾਸ਼ਾ ਦਾ ਮੂੰਹ ਨਹੀਂ ਦੇਖਣਾ ਪਏਗਾ। ਪੌਣੇ ਦੋ ਸਾਲ ਬਾਅਦ ਸਿਨੇਮੇ ਖੁੱਲ੍ਹੇ ਨੇ ਅਤੇ ਇੱਕ ਪਿਕਚਰ ਹਿੱਟ ਹੋਈ ਹੈ, ਦੂਜੀ ਹੋਈ ਹੈ, ਤੀਜੀ ਹੋਈ ਹੈ। ਮੈਂ ਚਾਹੁੰਦਾ ਜਿੰਨੀਆਂ ਫਿਲਮਾਂ ਲੱਗਣ ਉਹ ਹਿੱਟ ਹੋਣ, ਪਰ ਇਹ ਬਹੁਤ ਵਧੀਆ ਫਿਲਮਾਂ ਨੇ, ਇਸ ਲਈ ਤੁਹਾਨੂੰ ਦੇਖ ਕੇ ਮਜ਼ਾ ਆਇਆ। ਫਿਲਮ ਹਿੱਟ ਹੈ। ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਮੈਮ, ਆਪਕੀ ਮੂਵੀ ਰਿਲੀਜ਼ ਹੋ ਚੁੱਕੀ ਹੈ, ਕਿੱਦਾਂ ਦਾ ਫੀਲ, ਕਿੱਦਾਂ ਦਾ ਹੋ ਰਿਹਾ? ਸੋ ਸਾਰੇ ਸ਼ੋਅਰ ਵੀ ਦੇਖ ਰਹੇ ਹੋ? ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਇਹੋ ਜਿਹਾ ਰਿਸਪੋਂਸ ਜਦੋਂ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਆ, ਅਤੇ ਆਈ ਥਿੰਕ ਦਿਸ ਇਜ਼ ਸਮਥਿੰਗ ਨੈਕਸਟ ਲੈਵਲ। ਐਂਡ ਬਹੁਤ ਬਹੁਤ ਕੰਗਰੈਚੁਲੇਸ਼ਨਸ ਫੋਰ ਯੂਰ ਮੂਵੀ, ਐਂਡ ਯੂ ਆਰ ਲੁਕਿੰਗ ਸੋ ਸਵੀਟ ਇਨ ਦ ਮੂਵੀ, ਹੈ ਨਾ? ਅਤੇ ਕਿੱਦਾਂ ਦਾ ਐਕਸਪੀਰੀਅੰਸ ਹੋਇਆ ਇੰਨੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਕੇ? ਆਈ ਥਿੰਕ ਦ ਐਕਸਪੀਰੀਅੰਸ ਥਰੂ ਆਊਟ ਵਾਜ਼ ਵੈਰੀ ਲਵਲੀ, ਐਂਡ ਬਹੁਤ ਹੀ ਕਲਰਫੁੱਲ ਜੀ ਵਾਈਬ ਸੀਗੀ, ਬਹੁਤ ਹੀ ਫਰੈਂਡਲੀ ਜਿਹਾ ਬੌਂਡ ਸੀਗਾ, ਅਤੇ ਕਦੇ ਫੀਲ ਨਹੀਂ ਹੋਇਆ ਕਿ ਕੋਈ ਵੱਡਾ ਆਰਟਿਸਟ ਆ, ਛੋਟਾ ਆਰਟਿਸਟ ਆ, ਕੁਛ ਐਵੇਂ ਬਹੁਤ ਹੀ ਫਰੈਂਡਲੀ ਫੈਮਿਲੀ ਜੀ ਬਣ ਗਏ ਸੀ ਅਸੀਂ। ਜਿੱਦਾਂ ਤੁਸੀਂ ਮੂਵੀ 'ਚ ਵੀ ਇੱਕ ਯੂ ਨੋ ਪਹਾੜਨ ਤੌਰ 'ਤੇ ਆਏ ਹੋ, ਅਤੇ ਤੁਸੀਂ ਵੈਸੇ ਪਹਾੜਨ? ਨਹੀਂ ਜੀ, ਨਿਕੀਤ ਕੌਰ ਢਿੱਲੋਂ, ਮੈਨੂੰ ਪਤਾ ਮੇਰੀ ਸ਼ਕਲ ਕਰਕੇ ਕਾਸਟ ਕੀਤਾ। ਵੈਰੀ ਕੰਗਰੈਚੁਲੇਸ਼ਨ, ਆਈ ਨੋ ਕਿ ਥੱਲੇ ਸਾਰੇ ਵੇਟ ਕਰ ਰਹੇ ਹੈ, ਬਟ ਆਲ ਦ ਬੈਸਟ ਫੋਰ ਯੂਰ ਫਿਊਚਰ। ਥੈਂਕ ਯੂ ਸੋ ਮਚ। ਜਿੰਨੇ ਮਰਜ਼ੀ ਯੰਗ ਹੋ ਜੋ ਸਾਡੇ ਬਜ਼ੁਰਗ ਹੁੰਦੇ ਨੇ ਉਹ ਹਮੇਸ਼ਾ ਕਮਾਲ ਕਰ ਦਿਖਾਉਂਦੇ ਨੇ ਹਰ ਫਿਲਮ ਦੇ ਵਿੱਚ। ਮੈਂ ਤੁਹਾਨੂੰ ਬਹੁਤ ਜ਼ਿਆਦਾ ਐਡਮਾਇਰ ਕਰਦੀ ਹਾਂ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ। ਥੈਂਕ ਯੂ, ਪਹਿਲਾਂ ਤਾਂ ਮੇਰੇ ਬਾਰੇ ਕੰਪਲੀਮੈਂਟ ਦੇਣ ਲਈ, ਇਹ ਚੀਜ਼ਾਂ ਸਾਨੂੰ ਵੀ ਇੰਸਪਾਇਰ ਕਰਦੀਆਂ ਨੇ ਜੋ ਤੁਸੀਂ ਯੰਗ ਬੱਚੇ ਇਹੋ ਜਿਹੀ ਗੱਲ ਬੋਲਦੇ ਹੋ। ਸੋ ਮੈਂ ਬੜੀ ਖੁਸ਼ੀ ਜ਼ਾਹਰ ਕਰ ਰਿਹਾ ਕਿ ਇਸ ਮੌਕੇ ਦੇਖੋ ਦੁਬਾਰਾ ਸਿਨੇਮਾਘਰਾਂ 'ਚ ਰੌਣਕ ਪਰਤੀ ਹੈ, ਪੌਣੇ ਦੋ ਸਾਲਾਂ ਤੋਂ ਬਾਅਦ ਸਿਨੇਮਾ ਖੁੱਲ੍ਹਿਆ, ਬਨ ਬਾਈ ਬਨ ਕਰਕੇ ਫਿਲਮਾਂ ਰਿਲੀਜ਼ ਹੋਣ ਲੱਗੀਆਂ। ਸੋ ਕੱਲ੍ਹ ਸਾਨੂੰ ਦੇਖਣ ਨੂੰ ਮਿਲੇਗੀ ਸਵੇਰੇ ਚੜ੍ਹਦੇ ਫਿਲਮ ਯਾਰ ਮੁੱਲੇ ਟੂਰ ਟਰਨ। ਸੋ ਇਸ ਦੇ ਨਾਲ ਖੁਸ਼ੀ ਦੀ ਗੱਲ ਵੀ ਇਹ ਹੈ ਕਿ ਸਾਨੂੰ ਇੱਕ ਨਵਾਂ ਹੀਰੋ ਪ੍ਰਭ ਗਰੇਵਾਲ ਮਿਲ ਗਿਆ ਸਿਨੇਮੇ ਨੂੰ। ਪਹਿਲਾਂ ਸਾਡੇ ਕੋਲ ਸਿੰਗਰ ਵੀ ਸੀ, ਸੋ ਹਰੀਸ਼ ਵਰਮਾ ਤਾਂ ਪਹਿਲਾਂ ਹੀ, ਦੂਜੀ ਗੱਲ ਥੀਏਟਰ ਦਾ ਕਲਾਕਾਰ ਹੈ। ਥੀਏਟਰ ਦਾ ਕਲਾਕਾਰ ਜਦੋਂ ਕੋਈ ਸਿਨੇਮੇ 'ਚ ਮਸ਼ਹੂਰ ਹੁੰਦਾ, ਸਿਨੇਮਾ ਉਹਨੂੰ ਲੋਕ ਪਿਆਰ ਕਰਦੇ ਨੇ, ਬੜੀ ਖੁਸ਼ੀ ਦੀ ਗੱਲ ਹੈ। ਸੋ ਇਸੇ ਤਰ੍ਹਾਂ ਯੁਵਰਾਜ, ਚੰਗੇ ਮੁੰਡਿਆਂ ਦੀ ਫਿਲਮ ਹੈ। ਸਭ ਤੋਂ ਵੱਡੀ ਗੱਲ ਇੱਕ ਫਿਲਮ 'ਚ ਹੋਰ ਦੇਖਣ ਜਿਹੜੀ ਮੈਨੂੰ ਬੜੀ ਚੰਗੀ ਲੱਗਦੀ ਹੈ ਵੀ ਇਹਦੇ ਫਿਲਮ 'ਚ ਹਰਿਆਣਾ, ਹਿਮਾਚਲ ਜਿਵੇਂ ਅਲੱਗ ਅਲੱਗ ਸਟੇਟਾਂ ਦਿਖਾਈਆਂ ਗਈਆਂ, ਇਹ ਬਹੁਤ ਮੈਨੂੰ ਖੁਸ਼ੀ ਦੀ ਗੱਲ ਹੈ ਕਿਉਂਕਿ ਵੈਸੇ ਵੀ ਮਾਹੌਲ ਉਹੋ ਜਿਹਾ ਬਣਿਆ ਪਿਆ, ਕਿਸਾਨੀ ਅੰਦੋਲਨ ਕਰਕੇ ਸਾਰੇ ਭੈਣ ਭਰਾ ਹਰਿਆਣਾ ਵਾਲੇ ਵੀ ਇਕੱਠੇ ਬੈਠੇ ਆ, ਹਿਮਾਚਲ ਵਾਲੇ ਵੀ ਇਕੱਠੇ ਬੈਠੇ ਆ ਲੋਕ। ਸੋ ਉਹ ਫਿਲਮ 'ਚ ਵੀ ਦੇਖਣ ਨੂੰ ਮਾਹੌਲ ਮਿਲਦਾ, ਚੰਗੀ ਖੁਸ਼ੀ ਦੀ ਗੱਲ ਹੈ। ਸੋ ਥੀਏਟਰ ਵਾਲੇ ਬੰਦੇ ਫਿਲਮਾਂ 'ਚ ਆਏ ਨੇ, ਤਿਆਰੀ ਕਰਕੇ ਆਏ ਨੇ, ਸੋ ਬਹੁਤ ਚੰਗੀ। ਹਮੇਸ਼ਾ ਜਿੱਦਾਂ ਆਪਾਂ ਕੰਮ ਜ਼ਰੂਰ ਕਰ ਦਿੰਦੇ ਹਾਂ, ਕੰਮ ਦੀ ਰਿਸਪੈਕਟ ਹਮੇਸ਼ਾ ਆਡੀਅੰਸ ਕਰਦੀ ਹੈ। ਹੁਣੇ ਤੁਹਾਨੂੰ ਜਿੱਦਾਂ ਪਿੱਛੇ ਮੱਥਾ ਟੇਕ ਕੇ ਗਏ ਨੇ ਸਰ ਅਜੇ, ਹੈ ਨਾ, ਅਤੇ ਸਰ ਨੇ ਹਾਲੇ ਤੁਹਾਨੂੰ ਪਿੱਛੋਂ ਮੱਥਾ ਟੇਕਦਾ, ਡਿਸਟਰਬ ਨਹੀਂ ਕੀਤਾ, ਬਟ ਇਹ ਐਡਮਾਇਰ ਕਰਦੇ ਨੇ ਕਿਤੇ ਨਾ ਕਿਤੇ, ਕੰਮ ਦੀ ਤਾਰੀਫ ਹੋਣੀ ਬਹੁਤ ਜ਼ਰੂਰੀ ਹੈ। ਥੀਏਟਰ ਵਾਲੇ ਬੰਦੇ ਨੇ, ਇਹਨਾਂ ਨੂੰ ਪਤਾ ਹੈ ਕਿ ਮਿਹਨਤਾਂ ਨਾਲ ਕਿਵੇਂ ਇੱਥੇ ਪਹੁੰਚੇ ਨੇ। ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਉੱਚਾ ਪਿੰਡ ਦਾ ਪ੍ਰੀਮੀਅਰ ਦੇਖ ਕੇ ਇੱਥੇ ਹਟੇ, ਸੋ ਉਦੋਂ ਵੀ ਮੈਂ ਇਹੀ ਗੱਲ ਬੋਲੀ ਸੀ ਕਿ ਜਦੋਂ ਜਿਹੜੇ ਬੰਦੇ ਸਿੱਖ ਕੇ ਆਉਂਦੇ ਨੇ, ਥੀਏਟਰ 'ਚੋਂ ਲੰਘ ਕੇ ਭੱਠੀ 'ਚੋਂ ਪੱਕ ਕੇ ਆਉਂਦੇ ਨੇ, ਖੁਸ਼ੀ ਹੁੰਦੀ ਹੈ। ਸੋ ਇਸੇ ਤਰ੍ਹਾਂ ਜਿਵੇਂ ਹਰੀਸ਼ ਵਰਮਾ ਦੀ ਫਿਲਮ 'ਚ ਰਿਲੀਜ਼ ਹੋਈ ਹੈ, ਹਰੀਸ਼ ਵਰਮਾ ਵੀ ਸਾਡੇ ਥੀਏਟਰ ਦਾ ਕਲਾਕਾਰ ਹੈ ਕਿਉਂਕਿ ਛੋਟੇ ਛੋਟੇ ਕਰੈਕਟਰ ਕਰਨ ਤੋਂ ਬਾਅਦ ਹੀਰੋ ਬਣਿਆ। ਇੱਕ ਦੋ ਕਲਾਕਾਰ ਖੜੇ, ਇੱਕ ਯੰਗ ਤੁਸੀਂ ਓਲਡ, ਹੈ ਨਾ, ਅਤੇ ਬਹੁਤ ਜਨਰੇਸ਼ਨ ਦਾ ਗੈਪ ਹੁੰਦਾ, ਆਪਾਂ ਸਿੱਖਦੇ ਨਹੀਂ ਅੱਜ ਦੀ ਜਨਰੇਸ਼ਨ, ਸਿਰਫ ਆਪਾਂ ਕਰ ਜਾਂਦੇ ਕਿ ਆਪਾਂ ਹੋ ਜਾਏਗਾ, ਸਿੱਖਣਾ ਕਿੰਨਾ ਜ਼ਰੂਰੀ ਹੈਗਾ ਮੈਂ ਤੁਹਾਡੇ ਤੋਂ ਵੀ ਜਾਣਾ। ਮੈਮ, ਸਿੱਖਣਾ ਇੰਨਾ ਜ਼ਰੂਰੀ ਹੈ ਕਿ ਮੇਰਾ ਪਹਿਲਾ ਕੰਮ ਸੀ, ਸੀਰੀਅਲ ਕੀਤਾ ਸੀ ਕੱਚ ਦੀ ਵੰਗਾਂ, ਭਾਈ ਹੁਣਾਂ ਨਾਲ ਕੀਤਾ ਸੀ, ਭਾਈ ਹੁਣੇ ਮੈਨੂੰ ਉਸ ਸੀਰੀਅਲ 'ਚ ਲੈ ਗਏ ਸੀ, ਤਾਂ ਉਹ ਦਿਨ ਤੋਂ ਲੈ ਕੇ ਆਹ ਦਿਨ ਤੋਂ ਲੈ ਕੇ ਮਤਲਬ ਜਿੰਨਾ ਗਰੋ ਕਰ ਸਕਦਾ ਸੀ, ਜਿੰਨੀ ਮੈਂ ਮਿਹਨਤ ਕਰ ਸਕਦਾ ਸੀ ਉਹ ਕਰਕੇ ਉਸ ਤੱਕ ਆ ਗਿਆ। ਜਦੋਂ ਕਿ ਉਹਦਾ 200 ਐਪੀਸੋਡ ਸੀ, ਭਾਈ ਹੁਣਾਂ ਨੇ ਮੈਨੂੰ ਉਹ 'ਚ ਬਹੁਤ ਚੀਜ਼ਾਂ ਸੀਗੀਆਂ ਛੋਟੀਆਂ ਛੋਟੀਆਂ, ਇੱਦਾਂ ਨਹੀਂ ਰਾਹੁਲ ਇੱਦਾਂ ਕਰਨਾ, ਇੱਦਾਂ ਨਹੀਂ ਇੱਦਾਂ ਕਰਨਾ, ਬਸ ਮੈਂ ਹਟਿਆ ਨਹੀਂ, ਮੈਂ ਲੱਗਿਆ ਰਿਹਾ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਜੱਜ ਮੈਂ ਠੀਕ। ਮੂਵੀ ਬਹੁਤ ਪਿਆਰੀ ਹੈ, ਤੁਸੀਂ ਦੇਖੀ, ਅਤੇ ਮੂਵੀ 'ਚ ਯਾਰਾਂ ਲਈ ਅੱਜ ਕੋਈ ਨਹੀਂ ਖੜਦਾ, ਇੰਨਾ ਜ਼ਮਾਨਾ ਚੇਂਜ ਹੋ ਗਿਆ, ਮਤਲਬ ਹੀ ਹੋ ਗਏ ਲੋਕ, ਤੁਸੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ? ਸਗੋਂ ਨੱਠ ਭੱਜ ਦੀ ਦੁਨੀਆ ਦੇ ਵਿੱਚ ਜਿੱਥੇ ਲੋਕਾਂ ਨੂੰ ਆਪੋ-ਧਾਪੀ ਪਈ ਹੋਈ ਹੈ, ਉਹਦੇ ਵਿੱਚ ਤੁਸੀਂ ਇੱਕ ਦੂਜੇ ਲਈ ਕੀ ਕਰ ਸਕਦੇ ਹੋ, ਇੱਕ ਦੂਜੇ ਲਈ ਕਿਵੇਂ ਖੜ ਸਕਦੇ ਹੋ, ਕਿਵੇਂ ਬਿਪਤਾ ਪੈਣ 'ਤੇ ਖੜਦੇ ਹੋ, ਕਿਵੇਂ ਤੁਹਾਡਾ ਪਿਆਰ ਆਪਸ ਵਿੱਚ ਹੈ ਜਿਹੜਾ ਉਹ ਕਦੇ ਖਤਮ ਨਹੀਂ ਹੁੰਦਾ, ਉਹ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜਾ ਅੱਜ ਦੀ ਦੁਨੀਆ 'ਚੋਂ ਖਤਮ ਹੋ ਰਿਹਾ, ਉਹ ਮੈਸੇਜ ਨੂੰ ਲੈ ਕੇ ਜਿਹੜੀ ਫਿਲਮ ਹੈ, ਮੈਨੂੰ ਲੱਗਦਾ ਮੈਨੂੰ ਬਹੁਤ ਚੰਗੀ ਲੱਗਦੀ ਸੀ। ਧੰਨਵਾਦ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡੇ ਟਾਈਮ ਦੇਖਣ ਲਈ। Oh.
वेलकम प्रीतहरपाल जी, बहुत बहुत मुबारक। इतने दिनों बाद थिएटर खुले हैं, सो आप सीधा मूवी पे आने बहुत सारे वेट कर रहे हैं ना। यार अनमोले, एक सीन आ कि आप एक गलत फैमिली छोटी जी जड़ी होंगी है करके सा रिश्ता टूट जाता, उस उपर ही आना चाहूँगी। अज के जमाने के भी इदा ही होंगे, कोई कुड़िया के पिछले तोड़ दिता है तो कोई आपस में कोई गलत फैमिली हो जाती है, तो हाडे नाल इदा कुछ बीत्या हो? नहीं, इदा का मेरे नाल होया नहीं कुछ, टच वुड होवे भी ना। और कोई भी रिश्ता हैगा, कोई भी रिलेशनशिप है, उन्होंने बड़ा मच्योर तरीके हैंडल करना चाहिए मेरे ख्याल दे विच। और जिहड़ियां गलत फहमियां ने वह हमेशा ही अपने तो दूर लैके जांदियां, वह जिन्नी छेती क्लीयर हो जाण उन्नी छेती चंगियां होंदियां। और मतलब फहमी तो सही भी होवे उन्हूं भी क्लीयर कर लेना चाहिए, तो गलत तो फिर मतलब कर ही लेनी चाहिए ना, ता ही बंदा ग्रो करता अगे लाइफ दे विच। और कोई कितने भी पहुँच जाए, जिन्ना मर्जी पैसा कमा लवे, जिन्ना मर्जी करियर दे विच कामयाब हो जाए, नाम बन जाए, पर जब तक उहदे अपने आले दुआले अपने लोग नहीं होंगे, अपने रिश्ते आले दुआले नहीं होंगे, उन्नी देर उन्हों जिंदगी का मज़ा नहीं आता और किसी चीज़ का स्वाद नहीं लै सकता वो। सो जो रिश्ते है उन्होंने संभालना बहुत जरूरी है। गाना भी हो जाए, दो लाइन हो जाए, क्योंकि साढ़े नाल द फेमस है ना सिंगर बैठे ने, आए इतने पहुंचे ने। गल चल पई है तोरां दी, होश उड़ गई है मोरां दी, फिर जुल्फां गलार सानू चाड़दी बुखार, केड़े दर्जी तोरी जलवाई, लगे नी रा अत गोरी नी पाया सूट पटियाला शाही। थैंक यू सो मच, थैंक यू सो मच। सो आप होर जाने नाल भी गलबात करांगे, सो जुड़े रहो लिविंग न्यूज़ नाल। एंड तुहाडा व्याह थोड़े टाइम पहला ही होया, एंड कंग्रेचुलेशंस कि तुहाडे घर एक नन्ना मुन्ना जो बेबी आया। हाउ इज योर फीलिंग आफ्टर सो मैनी ईयर्स, एंड कोरोना तो बाद स्पेशली है ना, आप थिएटर वापस आए? ऑब्वियसली, क्योंकि एक आर्टिस्ट लिए उहदा काम जिन्ना वो दिखे उन्ना ही अच्छा होंदा है। सो डेढ़ साल, मतलब आई एम श्योर सारे आर्टिस्टों लिए बड़ा डिप्रेसिंग रहा होना। सो मूवी देखने आना, और वो भी रिधु नाल, स्पेशली अपने पापा की फर्स्ट मूवी, क्योंकि आफ्टर मैरिज और रिलेशनशिप तो बाद मेरे लिए भी फर्स्ट मूवी है जो मैं यूवी सिंह की देखने आ रही हूँ। सो ऑब्वियसली मैं सुपर एक्साइटेड हाँ और हैप्पी हाँ, और बाबा जी सही रखन और मूवी सुपर डुपर हिट जाए। तुहाडा भी चलता रहता है शूट, तुहाडा नाम हरलीन रहा है ना? मेरा नाम भी हरलीन है वैसे। सो आई ऑलवेज फॉलो यू। हर स्टेप ब्याह तो बाद एक कुड़ी लिए बदल जाता है, आफ्टर बेबी तो बाद खासकर, तो कितना तुसी मैनेज करते? सी सब कहते कि इदा हो नहीं सकता ब्याह तो बाद लाइफ चेंज। सो होप सो तुसी सब दे कमेंट्स सुन चुके हो, एंड फिल्म बहुत ही ज़्यादा वधिया है, 10 सितंबर जरूर देखना फिल्म नू। एंड जिदा कि क्या सी, बहुत सारी ट्विस्ट है फिल्म दे, वाकई दे विच ही बहुत सारे ट्विस्ट है, क्योंकि इस दे विच तुहानू 3 स्टेट दिखनी, पंजाब, हरियाणा एंड हिमाचल। ये पहली बार हो रहा है इस फिल्म दे विच, 3 चीज़ां तुहानू देखने मिल गई, एंड बहुत इंटरेस्टिंग स्टोरी हैगी है। कोरोना तो बाद ऑलमोस्ट 2 साल तो बाद सिनेमा खुले हैं, जरूर आओ, प्यार दो मूवीज़ नू, प्यार दो थिएटर नू, प्यार दो, ता जो ये जिहड़ी लड़ी है अगे वध सके, सानू इन्हां कलाकारां नू जिहड़ा है होर कॉन्फिडेंस मिल सके। टिल दैट, दिस इज हेलीन सानी साइनिंग आउट।